ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਸਿਟੀ ਆਫ ਐਲਕ ਗਰੋਵ ਵੱਲੋਂ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਸਿਟੀ ਲਈ ਦੁਬਾਰਾ ਕਮਿਸ਼ਨਰ ਚੁਣ ਲਿਆ ਗਿਆ। ਐਲਕ ਗਰੋਵ ਸਿਟੀ ਦੀ ਹੋਈ ਮੀਟਿੰਗ ਦੌਰਾਨ ਜਦੋਂ ਮੇਅਰ ਬੌਬੀ ਸਿੰਘ ਐਲਨ ਵੱਲੋਂ ਉਹਨਾਂ ਦਾ ਨਾਮ ਨਾਮਜ਼ਦ ਕੀਤਾ ਗਿਆ ਤਾਂ ਸਮੁੱਚੇ ਕੌਂਸਲ ਮੈਂਬਰਾਂ ਨੇ, ਯਾਨੀ ਕਿ 100% ਮੈਂਬਰਾਂ ਨੇ ਵੋਟ ਪਾ ਕੇ ਹਮਾਇਤ ਕੀਤੀ ਹੈ, ਜੋ ਕਿ ਇੱਕ ਬੜੇ ਮਾਣ ਵਾਲੀ ਗੱਲ ਹੈ। ਗੁਰਜਤਿੰਦਰ ਸਿੰਘ ਰੰਧਾਵਾ ਪਿਛਲੇ 5 ਸਾਲਾਂ ਤੋਂ ਐਲਕ ਗਰੋਵ ਸਿਟੀ ਦੇ ਕਮਿਸ਼ਨਰ ਚੱਲੇ ਆ ਰਹੇ ਨੇ। ਉਹਨਾਂ ਨੂੰ ਇਸ ਵਾਰ ਇੱਕ ਹੋਰ ਮੌਕਾ ਦਿੱਤਾ ਗਿਆ। ਸਰਦਾਰ ਰੰਧਾਵਾ ਇਸ ਵੇਲੇ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦੇ ਭਾਸ਼ਾ ਵਿਭਾਗ ਦੇ ਸਲਾਹਕਾਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਨੇ। 2016 ਵਿੱਚੋਂ ਡੈਮੋਕ੍ਰੈਟਿਕ ਪਾਰਟੀ ਲਈ ਡਿਸਟ੍ਰਿਕਟ 7 ਕਾਂਗਰੈਸ਼ਨਲ ਹਲਕੇ ਤੋਂ ਨੈਸ਼ਨਲ ਡੈਲੀਗੇਟ ਵੀ ਚੁਣੇ ਗਏ ਸਨ। ਇੱਕ ਵਾਰੀ ਤੁਹਾਨੂੰ ਫਿਰ ਤੋਂ ਦੱਸ ਦਿੰਦੇ ਹਾਂ ਕਿ ਬੜੇ ਮਾਣ ਵਾਲੀ ਗੱਲ ਹੈ। ਸਿਟੀ ਆਫ ਐਲਕ ਗਰੋਵ ਵੱਲੋਂ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਸਿਟੀ ਲਈ ਦੁਬਾਰਾ ਕਮਿਸ਼ਨਰ ਚੁਣ ਲਿਆ ਗਿਆ। ਐਲਕ ਗਰੋਵ ਸਿਟੀ ਦੀ ਹੋਈ ਮੀਟਿੰਗ ਦੌਰਾਨ ਜਦੋਂ ਮੇਅਰ ਬੌਬੀ ਸਿੰਘ ਐਲਨ ਵੱਲੋਂ ਉਹਨਾਂ ਦਾ ਨਾਂ ਨਾਮਜ਼ਦ ਕੀਤਾ ਗਿਆ ਤਾਂ ਸਮੁੱਚੇ ਕੌਂਸਲ ਮੈਂਬਰਾਂ ਨੇ, ਯਾਨੀ ਕਿ 100% ਮੈਂਬਰਾਂ ਨੇ ਵੋਟ ਪਾ ਕੇ ਹਮਾਇਤ ਕੀਤੀ ਹੈ, ਜੋ ਕਿ ਇੱਕ ਬੜੇ ਮਾਣ ਵਾਲੀ ਗੱਲ ਹੈ। ਗੁਰਜਤਿੰਦਰ ਸਿੰਘ ਰੰਧਾਵਾ ਪਿਛਲੇ 5 ਸਾਲਾਂ ਤੋਂ ਐਲਕ ਗਰੋਵ ਸਿਟੀ ਦੇ ਕਮਿਸ਼ਨਰ ਚੱਲੇ ਆ ਰਹੇ ਨੇ। ਉਹਨਾਂ ਨੂੰ ਇਸ ਵਾਰ ਇੱਕ ਹੋਰ ਮੌਕਾ ਦਿੱਤਾ ਗਿਆ। ਸਰਦਾਰ ਰੰਧਾਵਾ ਇਸ ਵੇਲੇ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦੇ ਭਾਸ਼ਾ ਵਿਭਾਗ ਦੇ ਸਲਾਹਕਾਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਨੇ। 2016 ਵਿੱਚੋਂ ਡੈਮੋਕ੍ਰੈਟਿਕ ਪਾਰਟੀ ਲਈ ਡਿਸਟ੍ਰਿਕਟ 7 ਕਾਂਗਰੈਸ਼ਨਲ ਹਲਕੇ ਤੋਂ ਨੈਸ਼ਨਲ ਡੈਲੀਗੇਟ ਵੀ ਚੁਣੇ ਗਏ ਸਨ।